ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪਿੰਡਾਂ ਦੀ ਨੁਹਾਰ ਬਦਲਣ ਲਈ ਪਿੰਡਾਂ ਵਿੱਚ ਵਿਕਾਸ ਕਾਰਜ ਦੇ ਲਈ ਖਜ਼ਾਨੇ ਦੇ ਮੂੰਹ ਖੋਲ ਦਿੱਤੇ ਗਏ ਹਨ। ਇਹ ਸ਼ਬਦ ਵਿਧਾਇਕ ਨਵਦੇਵ ਸਿੰਘ ਚੀਮਾ ਨੇ ਪਿੰਡ ਗਾਜ਼ੀਪੁਰ ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ, ਛੱਪੜ ਅਤੇ ਇੰਟਰਲੋਕ ਨਾਲ ਗਲੀਆਂ ਨੂੰ ਪੱਕੇ ਕਰਨ ਲਈ ਦੇ ਕਾਰਜ ਦਾ ਉਦਘਾਟਨ ਕਰਨ ਉਪਰੰਤ ਕਹੇ। ਵਿਧਾਇਕ ਨਵਦੇਵ ਸਿੰਘ ਚੀਮਾ ਨੇ ਕਿਹਾ ਕਿ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿੱਚ ਵਿਕਾਸ ਕਾਰਜ ਬਿਨਾਂ ਭੇਦਭਾਵ ਨਾਲ ਜ਼ੋਰਾਂ ਨਾਲ ਚੱਲ ਰਹੇ ਹਨ। ਸੀਵਰੇਜ 6 ਲੱਖ ਦੀ ਨਾਲਕਣਾ ਸੀਵਰੇਜ ਦਾ, ਉਸ ਤੋਂ ਬਾਅਦ ਜਿਹੜਾ ਛੱਪੜ ਦਾ ਕੰਮ ਆ 15 ਕੁ ਲੱਖ ਦਾ, ਉਹ ਆ ਜਿਹੜਾ ਪਾਸ ਹੋਇਆ। ਟੋਟਲ ਇਹਨਾਂ ਦਾ ਕੰਮ ਜਿਹੜਾ ਆ ਸਾਰਾ ਸੜਕਾਂ ਸੁੜਕ ਇੰਟਰਲੋਕ ਪਾ ਕੇ 50 ਲੱਖ ਉੱਪਰ ਆ। ਉਹ ਹੁਣ ਛੇਤੀ 2-3 ਮਹੀਨੇ ਦੇ ਵਿੱਚ ਹੀ ਇਹਨਾਂ ਦਾ ਕੰਮ ਜਿਹੜਾ ਸਾਰਾ ਪਿੰਡ ਦਾ ਕੰਪਲੀਟ ਕੀਤਾ ਜਾਊਗਾ। ਔਰ ਜਿਹੜੇ ਬੜੇ ਮਿਹਨਤੀ ਪਿੰਡ ਆ, ਪੰਚਾਇਤ ਵੀ ਬੜੀ ਮਿਹਨਤੀ ਆ ਸਾਡੀ, ਔਰ ਇਹ ਕੰਮ ਆਪਣੇ ਹੱਥ ਨੂੰ ਹੀ ਦੇਖਿਆ ਹੋਣਾ। ਕੋਲ ਖਲੋ ਕੇ ਸਾਰਾ ਪਿੰਡ ਬਗੈਰ ਕਿਸੇ ਉਹ ਜਿੱਦਾਂ ਨਹੀਂ ਕਈਆਂ ਪਿੰਡਾਂ ਦੇ ਵਿੱਚ ਹੁੰਦਾ ਲਾਗਤਬਾਜ਼ੀ ਦੂਜਾ, ਇੱਥੇ ਜਿਹੜਾ ਵਿਕਾਸ ਦੇ ਕੰਮ ਕਰਵਾਉਣ ਲਈ ਮੈਂ ਕਹਿੰਦਾ ਜਿਹੜਾ ਇਹ ਪਿੰਡ ਵਧੀਆ ਇਕੱਠਾ ਆ, ਸਾਰੇ ਇੱਦਾਂ ਹੀ ਹੋਣੇ ਚਾਹੀਦੇ। ਇੱਕ ਸੁਲਤਾਨਪੁਰ ਵਿਰੋਧ ਹੋ ਰਿਹਾ ਨਾ, ਇਹ ਉਹ ਲੋਕ ਕਰ ਰਹੇ ਜਿਹੜੇ ਸੋਸ਼ਲ ਮੀਡੀਆ ਦੇ ਮਗਰ ਲੱਗਦੇ, ਜਿਹੜਾ ਝੂਠ ਗਵਾਹ ਬੁਲਾ ਰਹੇ। ਮੈਂ ਤਾਂ ਉਦਣ ਸੀ ਐਮ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ, ਗੱਲ ਕਹੀ ਸੀ ਵੀ ਲੋਕਾਂ ਦੀ ਜਾਨ ਦਾ ਕਿਹਨੂੰ ਫਿਕਰ ਆ, ਸਰਕਾਰ ਨੂੰ, ਸਰਕਾਰ ਕਿਹਦੀ ਆਪਣੀ ਆ। ਉਹ ਜਿਹੜੇ ਦੂਜੇ ਵਿਰੋਧੀ ਪਾਰਟੀਆਂ ਪ੍ਰਚਾਰ ਕਰਦੀਆਂ ਉਹਨਾਂ ਨੂੰ ਕੋਈ ਮਤਲਬ ਨਹੀਂ, ਲੋਕ ਮਰਨ ਜੀਣ, ਉਹਨਾਂ ਨੇ ਆਪਣੀ ਸਿਆਸਤ ਕਰਨੀ ਆ ਵੀ ਕਿਸ ਤਰ੍ਹਾਂ ਸਰਕਾਰ ਨੂੰ ਬਦਨਾਮ ਕਰਨਾ। ਬਾਹਰਲੇ ਦੇਸ਼ਾਂ ਦੇ ਵਿੱਚ ਟੈਸਟਿੰਗ ਜ਼ਿਆਦਾ ਸੀ ਫਿਰ ਤਾਂ ਕੰਟਰੋਲ ਹੋਇਆ, ਹੁਣ ਆਪਣੇ ਵੀ ਤੁਸੀਂ ਦੇਖੋ ਟੈਸਟਿੰਗ ਦੀ ਕਮੀ ਹੈ। ਪਿੰਡੋਂ ਪਿੰਡ ਜਾ ਕੇ ਤੁਸੀਂ ਰੋਜ਼ ਸਤਵਾਰ ਪਿੰਡ 'ਚ ਜਾ ਕੇ ਦੱਸਦੇ ਤੁਹਾਡੇ ਬਿਲਕੁਲ ਆ, ਪੰਚਾਇਤ ਬੈਠੀ ਆ ਸਾਰੀ, ਇਹਨਾਂ ਨੇ ਟੈਸਟ ਕਰਾਏ ਆ, ਔਰ ਸਰਪੰਚਾਂ ਨੂੰ ਵੀ ਅਸੀਂ ਵੀਡੀਓ ਸਾਹਿਬ ਦੇ ਨਾਲ ਡਿਊਟੀ ਲਾਈ ਆ, ਚੇਅਰਮੈਨਾਂ ਦੇ ਸਾਡੇ ਇਹਨਾਂ ਦੇ ਨਾਲ ਵੀ ਅਸੀਂ ਪਿੰਡੋਂ ਪਿੰਡ ਪੰਚਾਇਤਾਂ ਦੇ ਵੱਲੋਂ ਟੈਸਟ ਕਰੋ, ਉਸ ਤੋਂ ਬਾਅਦ ਆਪੇ ਲੋਕਾਂ ਦਾ ਉਹ ਜਿਹੜਾ ਡਰ ਚੱਕਿਆ ਜਾਂਦਾ। ਫਿਰ ਇਹ ਅਫਵਾਹਾਂ, ਮੇਰੀ ਬੇਨਤੀ ਹੈ ਪ੍ਰੈਸ ਦੇ ਜ਼ਰੀਏ ਸਾਡੇ ਜ਼ਰੀਏ ਵੀ ਇਹ ਅਫਵਾਹਾਂ ਤੋਂ ਬਚੋ, ਕੋਈ ਇਹੋ ਜਿਹੀ ਗੱਲ ਨਹੀਂ। ਟੈਸਟ ਕਰਾਓ, ਟੈਸਟ ਕਰਵਾ ਕੇ ਆਪਣੇ ਘਰ ਰਹੋ, ਔਰ ਜੇ ਤੁਹਾਨੂੰ ਨਿਕਲਾਉਂਦਾ ਰੱਬ ਨਾ ਕਰੇ ਤਾਂ ਤੁਸੀਂ ਆਪਣੇ ਆਪ ਨੂੰ ਇੱਕ ਕਮਰੇ 'ਚ ਬੰਦ ਕਰ ਲਓਗੇ, ਬੱਚੇ ਆ, ਬਜ਼ੁਰਗ ਆ, ਉਹਨਾਂ ਦੀ ਜਾਨ ਬਚ ਜਾਊਗੀ। 2017 ਵਿੱਚ ਚੋਣਾਂ ਦੌਰਾਨ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵੱਲੋਂ ਕਈ ਸਾਲਾਂ ਤੋਂ ਖਰਾਬ ਹਾਲਤ ਵਿੱਚ ਚੱਲ ਰਹੀਆਂ ਸੜਕਾਂ ਦੇ ਨਿਰਮਾਣ ਦੇ ਲਈ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਅਜਨਾਲਾ ਦੇ ਬੇਟੇ ਕੰਵਰ ਪ੍ਰਤਾਪ ਸਿੰਘ ਅਜਨਾਲਾ ਵਿਸ਼ੇਸ਼ ਤੌਰ ਉੱਤੇ ਮੌਜੂਦ ਸਨ। ਸ਼ੁਰੂਆਤ ਕੀਤੀ ਹੈ, ਜਿਹੜਾ ਟੱਕ ਅਸੀਂ ਲਾਇਆ, ਇਹ ਨਵੀਂ ਗਲੀ, ਨਵੀਂ ਸੜਕ ਬਣਾਉਣ ਜਾ ਰਹੇ ਹਾਂ। ਇਹ ਬੜੀ ਦੇਰ ਦੀ ਸਾਰਿਆਂ ਦੀ ਡਿਮਾਂਡ ਸੀ, ਔਰ ਸਾਨੂੰ ਜਿਹੜੀ ਦਿੱਕਤ ਆ ਰਹੀ ਸੀ, ਬੜੀ ਪਰੇਸ਼ਾਨੀ ਆਉਂਦੀ ਸੀ ਨਾਲ, ਉਹ ਦਿੱਕਤ ਸਾਡੀ ਵਿੱਚੋਂ ਹੱਲ ਨਹੀਂ ਸੀ ਹੁੰਦੀ। ਅੱਧਾ ਪੋਰਸ਼ਨ ਕਿਸੇ ਹੋਰ ਥੱਲੇ ਸੀਗਾ, ਅੱਧਾ ਪੋਰਸ਼ਨ ਇਹਨਾਂ ਦੇ ਈਓ ਸਾਡੀ ਮਾਰਕੀਟ ਜਿਹੜੀ ਮਿਊਂਸੀਪਲ ਕਮੇਟੀ ਉਹਦੇ ਥੱਲੇ ਸੀ। ਅਸੀਂ ਸਾਰਾ ਕੁਛ ਕਰਕੇ, ਵਿਉਂਤਬੰਦੀ ਕਰਕੇ, ਪਰਮਿਸ਼ਨਾਂ ਲੈ ਕੇ, ਅੱਜ ਉਹ ਸਾਨੂੰ ਬਹੁਤ ਚੰਗਾ ਇੱਕ ਮੌਕਾ ਮਿਲ ਗਿਆ। ਬਾਬਾ ਦੀਪ ਸਿੰਘ ਜੀ ਨੇ, ਅਸੀਂ ਆਸ਼ੀਰਵਾਦ ਲੈਂਦੇ ਉਹਨਾਂ ਤੋਂ ਬਹੁਤ ਜ਼ਿਆਦਾ, ਇਹ ਉਹਨਾਂ ਦਾ ਹੁਕਮ ਹੀ ਹੋਇਆ ਸਾਰਾ ਵੀ ਇਹ ਤੁਹਾਨੂੰ ਮਿਲੇਗੀ ਪਰਮਿਸ਼ਨ, ਤੁਸੀਂ ਇਹਨੂੰ ਬਣਾਓ। ਪਰ ਅਸੀਂ ਉਹਨਾਂ ਦਾ ਵੋਟ ਆਸਰਾ ਲੈ ਕੇ ਅੱਜ ਇਹਦੀ ਸ਼ੁਰੂਆਤ ਕਰ ਰਹੇ ਹਾਂ, ਔਰ ਬਹੁਤ ਡਿਮਾਂਡ ਇਹਦੀ, ਇੰਨੀ ਰਿਕੁਆਇਰਮੈਂਟ ਹੈ ਵੀ ਜਿਹੜੀ ਹਿਸਾਬ ਹੀ ਕੋਈ ਨਹੀਂ ਇਹ, ਲੇਕਿਨ ਸਾਡਾ ਸਰਦਾ ਨਹੀਂ। ਅੱਜ ਉਹਨਾਂ ਨੇ ਕਿਤੇ ਕਿਰਪਾ ਕੀਤੀ ਹੈ ਅਤੇ ਉਹ ਕੰਮ ਸਾਰਾ ਹੱਲ ਹੋ ਗਿਆ, ਉਹਦੇ ਦਾ ਇੰਨੀ ਪੱਥਰ ਰੱਖ ਕੇ ਅੱਜ ਅਸੀਂ ਸ਼ੁਰੂਆਤ ਕਰ ਦੇਣੀ ਹੈ, ਔਰ ਬਹੁਤ ਵਧੀਆ ਚੀਜ਼ ਅਸੀਂ ਬਣਾ ਕੇ ਦੇ ਰਹੇ ਹਾਂ। ਜਿਹੜੀ ਸਾਰੇ ਅਜਨਾਲੇ ਨੂੰ ਇਹਦਾ ਸੁੱਖ ਬਹੁਤ ਹੋਣਾ, ਜਿਹੜਾ ਇੱਥੋਂ ਵਰਤਣਾ ਜਿਨ੍ਹਾਂ ਨੇ ਉਹਨਾਂ ਤਾਂ ਹੈਗਾ ਹੀ ਆ, ਲੇਕਿਨ ਜਿਹੜਾ ਕੋਈ ਲੰਘਦਾ ਵੀ ਆ, ਆਉਂਦਾ ਵੀ ਜਾਂਦਾ, ਉਹਦੇ ਲਈ ਬਹੁਤ ਵੱਡੀ ਇੱਕ ਸਹੂਲਤ ਬਣ ਗਈ ਆ। ਉਹ ਅਸੀਂ ਕੀ ਕਰਨ ਜਾ ਰਹੇ, ਰੁਪਈਆ ਸਾਡਾ 57 ਲੱਖ ਲੱਗਣਾ, ਇਹ ਕੈਪਟਨ ਸਾਹਿਬ ਦੀ ਮਿਹਰਬਾਨੀ ਹੈ, ਉਹ ਸਾਨੂੰ ਦੇਈ ਜਾਂਦੇ, ਅਸੀਂ ਲਾਈ ਜਾਂਦੇ, ਇਹ ਬਹੁਤ ਬਹੁਤ ਮੁਬਾਰਕਬਾਦ ਹੈ। ਔਰ ਫਿਰ ਇੱਕ ਵਾਰ ਬਾਬਾ ਦੀਪ ਸਿੰਘ ਜੀ ਦਾ ਤਿਆਰ ਹੋ ਜਾਏਗੀ ਇਹ, ਬਸ ਇਹ ਉਹ ਬਹੁਤ ਛੇਤੀ ਕਰ ਦਿੰਦੇ ਹੁੰਦੇ ਜੀ, ਸਮਾਂ ਬਹੁਤ ਥੋੜ੍ਹਾ ਲੱਗਦਾ ਕਿਉਂਕਿ ਪੈਸਾ ਉਹਨਾਂ ਨੂੰ ਖੁੱਲ੍ਹਾ ਮਿਲ ਜਾਂਦਾ, ਉਹ ਇੱਕ ਮਿੰਟਾਂ ਸਕਿੰਟਾਂ ਹੀ ਬਣਾ ਦਿੰਦੇ ਜੀ, ਸ਼ੁਰੂਆਤ ਕਰਦੀ ਜੀ। ਹਾਂਜੀ।